6 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਤੇ ਜਲੰਧਰ ਦੇ ਬੀਏਪੀ ਪੁਲ ਤੇ ਕਿਸਾਨ ਹਿਤੈਸ਼ੀਆਂ ਦੁਆਰਾ ਧਰਨਾ ਦੇਣ ਸੰਬੰਧੀ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪ੍ਰਧਾਨ ਮਨਦੀਪ ਸਿੰਘ ਕਿਸਾਨ ਮਜ਼ਦੂਰ ਜਥੇਬੰਦੀ ਰਾਜੇਵਾਲ, ਅਮਨਜੋਤ ਜੋਤੀ, ਰਾਮਨ ਜੌਹਲ, ਸੁਖਵਿੰਦਰ ਕੋਟਲੀ ਸਰਪੰਚ, ਮਨਜੀਤ ਸਿੰਘ ਟਰਾਂਸਪੋਰਟ, ਗੁਰਬਚਨ ਸਿੰਘ ਮੱਕੜ, ਜਸਵੀਰ ਸਿੰਘ ਦਕੋਹਾ, ਵਿੱਕੀ ਤੁਲਸੀ, ਰਿਤਪਾਲ ਸਿੰਘ ਬਾਟੀ, ਗੁਰੂ ਨਾਨਕ ਕਰਿਆਨਾ ਸਟੋਰ, ਸੁਖਵਿੰਦਰ ਸਿੰਘ ਤਲਾਣ, ਭਾਈ ਗੁਰਦੇਵ ਸਿੰਘ ਅਤੇ ਹੋਰ ਸਾਰੇ ਆਗੂ ਸਾਹਿਬਾਨਾਂ ਨੇ ਮੀਟਿੰਗ ਕੀਤੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ। ਛੇ ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਤੇ ਜਲੰਧਰ ਦੇ ਬੀਏਪੀ ਪੁਲ ਤੇ ਕਿਸਾਨ ਹਿਤੈਸ਼ੀਆਂ ਦੁਆਰਾ ਧਰਨਾ ਦੇਣ ਸੰਬੰਧੀ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪ੍ਰਧਾਨ ਮਨਦੀਪ ਸਿੰਘ ਕਿਸਾਨ ਮਜ਼ਦੂਰ ਜਥੇਬੰਦੀ ਰਾਜੇਵਾਲ, ਅਮਨਜੋਤ ਜੋਤੀ, ਰਾਮਨ ਜੌਹਲ, ਸੁਖਵਿੰਦਰ ਕੋਟਲੀ ਸਰਪੰਚ, ਮਨਜੀਤ ਸਿੰਘ ਟਰਾਂਸਪੋਰਟ, ਗੁਰਬਚਨ ਸਿੰਘ ਮੱਕੜ, ਜਸਵੀਰ ਸਿੰਘ ਦਕੋਹਾ, ਵਿੱਕੀ ਤੁਲਸੀ, ਰਿਤਪਾਲ ਸਿੰਘ ਬਾਟੀ, ਗੁਰੂ ਨਾਨਕ ਕਰਿਆਨਾ ਸਟੋਰ, ਸੁਖਵਿੰਦਰ ਸਿੰਘ ਤਲਾਣ, ਭਾਈ ਗੁਰਦੇਵ ਸਿੰਘ ਅਤੇ ਹੋਰ ਸਾਰੇ ਆਗੂ ਸਾਹਿਬਾਨਾਂ ਨੇ ਮੀਟਿੰਗ ਕੀਤੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ। 6 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਤੇ ਜਲੰਧਰ ਦੇ ਬੀਏਪੀ ਪੁਲ ਤੇ ਕਿਸਾਨ ਹਿਤੈਸ਼ੀਆਂ ਦੁਆਰਾ ਧਰਨਾ ਦੇਣ ਸੰਬੰਧੀ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪ੍ਰਧਾਨ ਮਨਦੀਪ ਸਿੰਘ ਕਿਸਾਨ ਮਜ਼ਦੂਰ ਜਥੇਬੰਦੀ ਰਾਜੇਵਾਲ, ਅਮਨਜੋਤ ਜੋਤੀ, ਰਾਮਨ ਜੌਹਲ, ਸੁਖਵਿੰਦਰ ਕੋਟਲੀ ਸਰਪੰਚ, ਮਨਜੀਤ ਸਿੰਘ ਟਰਾਂਸਪੋਰਟ, ਗੁਰਬਚਨ ਸਿੰਘ ਮੱਕੜ, ਜਸਵੀਰ ਸਿੰਘ ਦਕੋਹਾ, ਵਿੱਕੀ ਤੁਲਸੀ, ਰਿਤਪਾਲ ਸਿੰਘ ਬਾਟੀ, ਗੁਰੂ ਨਾਨਕ ਕਰਿਆਨਾ ਸਟੋਰ, ਸੁਖਵਿੰਦਰ ਸਿੰਘ ਤਲਾਣ, ਭਾਈ ਗੁਰਦੇਵ ਸਿੰਘ ਅਤੇ ਹੋਰ ਸਾਰੇ ਆਗੂ ਸਾਹਿਬਾਨਾਂ ਨੇ ਮੀਟਿੰਗ ਕੀਤੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।